ਉਹ ਸ਼ੈਂਪੀ ਦੀ ਗੱਡੀ ਵਾਲਾ ਜਿਹੜੀ ਫਿਲਮ ਹੈ ਜੈੱਟ ਐਂਡ ਜੂਲੀਅਟ, ਉਹਦਾ ਤੀਸਰਾ ਪਾਰਟ ਅਸੀਂ ਬਣਾ ਰਹੇ ਹਾਂ ਔਰ ਸ਼ੂਟਿੰਗ ਕੰਪਲੀਟ ਹੋ ਗਈ ਹੈ। ਦਲਜੀਤ ਜੀ ਦੀ, ਨੀਰੂ ਬਾਜਵਾ ਦੀ, ਮੇਰਾ ਵੀ ਕੰਮ ਖਤਮ ਹੋ ਗਿਆ ਹੈ। ਬੜੀ ਛੇਤੀ ਤੁਹਾਡੇ ਸਾਹਮਣੇ ਫਿਲਮ ਆਏਗੀ। ਬਾਕੀ ਗੱਲ ਇਹ ਹੈ ਕਿ ਕਰਮਜੀਤ ਅਨਮੋਲ ਸਾਡਾ ਦੋਸਤ ਹੈ, ਸਾਡੀ ਇੰਡਸਟਰੀ ਦਾ ਬੰਦਾ ਹੈ। ਇਹਦੇ ਨਾਲ ਘੱਟੋ ਘੱਟ 20-25 ਫਿਲਮਾਂ ਮੈਂ ਕਰ ਚੁੱਕਿਆ ਹੈ ਅਤੇ ਜਿੰਨੀ ਵਾਰ ਵੀ ਇਹ ਮਿਲਦਾ ਹੈ ਤਾਂ ਮੈਂ ਦੇਖਦਾ ਹੈ ਕਿ ਇਹਦਾ ਜਿਹੜੇ ਸਾਡੇ ਸਪੋਟ ਬੋਆਏ ਹੁੰਦੇ ਆ, ਛੋਟੇ ਟੈਕਨੀਸ਼ੀਅਨ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਏ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਫਾਈਨੈਂਸ਼ੀਅਲ ਇਮਦਾਦ ਦੀ ਲੋੜ ਪਏ ਤਾਂ ਇਹ ਸਭ ਦੀ ਮਦਦ ਕਰਦਾ ਹੈ। ਇਸੇ ਕਰਕੇ ਸਾਡੀ ਐਸੋਸੀਏਸ਼ਨ ਨੇ ਇਹਨੂੰ ਆਰਟਿਸਟ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਔਰ ਇਹੀ ਇਹਨਾਂ ਦੀ ਕਾਬਲੀਅਤ ਨੂੰ ਦੇਖ ਕੇ ਭਗਵੰਤ ਮਾਨ ਜੀ ਨੇ ਜਿਹੜੇ ਸਾਡੇ ਪੰਜਾਬ ਦੇ, ਮੈਂ ਤਾਂ ਕਹਾਂਗਾ ਸ਼ੇਰੇ ਪੰਜਾਬ ਹੈ, ਜਿਹਨੇ ਪੰਜਾਬ ਨੂੰ ਇੱਕ ਵਾਰੀ ਦੁਬਾਰਾ ਹੱਸਦਾ ਖੇਡਦਾ ਬਣਾ ਦਿੱਤਾ ਔਰ ਤਰੱਕੀਆਂ ਇਸ ਵੇਲੇ ਮਤਲਬ ਇੰਨੀਆਂ ਤਰੱਕੀਆਂ ਹੋ ਰਹੀਆਂ, ਮੈਂ ਬਹੁਤ ਖੁਸ਼ ਹੈ। ਔਰ ਮੈਂ ਹੀ ਇਕੱਲਾ ਨਹੀਂ, ਹਰੇਕ ਪਿੰਡ ਦੇ ਵਿੱਚ ਅਸੀਂ ਜਾ ਰਹੇ ਹਾਂ ਅਤੇ ਲੋਕ ਬੜੇ ਉਹਨਾਂ ਦੇ ਸਰਾਹਨਾ ਕਰ ਰਹੇ ਹੈ ਅਤੇ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਕਰਮਜੀਤ ਅਨਮੋਲ ਜੀ 'ਤੇ ਵਿਸ਼ਵਾਸ ਕੀਤਾ ਅਤੇ ਅਸੀਂ ਚਾਹਵਾਂਗੇ ਕਿ ਕਰਮਜੀਤ ਅਨਮੋਲ ਜੀ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲੀ ਬਣਾਈ ਹੈ ਸੰਸਦ ਦੇ ਵਿੱਚ, ਸਾਡੇ ਜਿਹੜੀ ਸਮੱਸਿਆ ਹੈ ਜਾਂ ਪ੍ਰੋਬਲਮਸ ਹੈ ਉਹਨਾਂ ਨੂੰ ਉਜਾਗਰ ਕਰਨਾ ਹੈ, ਉੱਥੇ ਬੋਲਣਾ ਹੈ। ਅਤੇ ਜਦੋਂ ਸੰਸਦ ਦੇ ਵਿੱਚ ਆਮ ਆਦਮੀ ਪਾਰਟੀ ਦੇ 12-13 ਮੈਂਬਰ ਉੱਥੇ ਜਾ ਕੇ ਬੋਲਣਗੇ, ਸ਼ੇਰਾਂ ਦੀ ਤਰ੍ਹਾਂ ਗੜਗੱਜ ਪਾਉਣਗੇ, ਤਾਂ ਉਹਨਾਂ ਦੀ ਜ਼ਰੂਰ ਸੁਣੀ ਜਾਏਗੀ ਔਰ ਪੰਜਾਬ ਬਹੁਤ ਤਰੱਕੀ 'ਤੇ ਜਾਏਗਾ। ਧੰਨਵਾਦ। ਸਮਝ ਲੱਗ ਰਿਹਾ ਕਿ ਐਜ਼ ਏ ਕਲਾਕਾਰ ਬਹੁਤ ਪਿਆਰ ਕਰਦੇ ਨੇ ਲੋਕ ਕਰਮਜੀਤ ਅਨਮੋਲ ਨੂੰ, ਐਜ਼ ਏ ਪੋਲੀਟੀਸ਼ੀਅਨ ਵੀ ਪਿਆਰ ਦਿੰਦੇ? ਦੇਖੋ ਜੀ, ਬੰਦਾ ਕਿਹੜੀ ਪਾਰਟੀ ਦਾ ਇਹ ਤਾਂ ਬਾਅਦ 'ਚ ਦੇਖਿਆ ਜਾਂਦਾ, ਪਹਿਲਾਂ ਇਹ ਦੇਖਿਆ ਜਾਂਦਾ ਬੰਦਾ ਕਿਹਾ ਜਾਏ, ਕਿੰਨਾ ਕੁ ਮਿਲਨਸਾਰ ਹੈ, ਕਿੰਨਾ ਕੁ ਦੁੱਖ ਦਰਦ ਦੇ ਵਿੱਚ ਖੜ੍ਹਨ ਵਾਲਾ ਹੈ। ਕਰਮਜੀਤ ਅਨਮੋਲ ਦੁੱਖ ਦਰਦ ਦੇ ਵਿੱਚ ਸਭ ਦੇ ਖੜ੍ਹਦਾ ਹੈ ਅਤੇ ਅੱਗੇ ਨੂੰ ਵੀ ਅਸੀਂ ਲੋਕ ਵੀ ਇਹਨੂੰ ਇਹੀ ਐਡਵਾਈਸ ਕਰ ਰਹੇ ਹਾਂ ਕਿ ਛੋਟੇ ਭਰਾ, ਇਹ ਜਿਹੜਾ ਤੁਹਾਨੂੰ ਮੌਕਾ ਮਿਲਿਆ ਹੈ, ਭਗਵੰਤ ਮਾਨ ਜੀ ਨੇ ਤੁਹਾਨੂੰ ਮੌਕਾ ਦਿੱਤਾ ਹੈ, ਇਸ ਮੌਕੇ ਐਤਕੀ ਤਾਂ ਅਸੀਂ ਲੋਕ ਜਾ ਕੇ ਪਿੰਡਾਂ 'ਚ ਹੱਥ ਜੋੜ ਕੇ ਵੋਟ ਮੰਗ ਰਹੇ ਹਾਂ, ਅੱਗੇ ਨੂੰ ਤੁਹਾਨੂੰ ਇਸ ਤਰ੍ਹਾਂ ਜਾਣ ਦੀ ਲੋੜ ਨਾ ਪਏ, ਲੋਕ ਇੰਨੇ ਤੁਹਾਡੇ ਕੰਮ ਤੋਂ ਪ੍ਰਭਾਵਿਤ ਹੋਣ, ਖੁਸ਼ ਹੋਣ ਕਿ ਤੁਹਾਨੂੰ ਦੁਬਾਰਾ ਵੋਟ ਮੰਗਣ ਦੀ ਲੋੜ ਨਾ ਪਵੇ। ਸ਼ਰਮਾ ਜੀ, ਆਮ ਤੌਰ 'ਤੇ ਲੋਕਾਂ ਨੇ ਤੁਹਾਨੂੰ ਫਿਲਮਾਂ 'ਚ ਦੇਖਿਆ, ਅੱਜ ਲੋਕਾਂ ਦੇ ਰੂਬਰੂ ਹੋ ਰਹੇ ਹੋ, ਕਰਮਜੀਤ ਅਨਮੋਲ ਦੀ ਸਪੋਰਟ ਵੀ ਕਰ ਰਹੇ ਹੋ, ਕੀ ਕਹੋਗੇ? ਦੇਖੋ, ਬਹੁਤ ਵਧੀਆ ਲੱਗ ਰਿਹਾ ਹੈ। ਹਾਲੇ ਤੱਕ ਅਸੀਂ ਲੋਕ ਸ਼ੂਟਿੰਗ ਕਰਦੇ ਹਾਂ ਤਾਂ ਲੋਕਾਂ ਨੂੰ ਜ਼ਿਆਦਾਤਰ ਪੁਲਿਸ ਵਾਲੇ ਨੇੜੇ ਨਹੀਂ ਆਉਣ ਦਿੰਦੇ ਹੈ ਅਤੇ ਹੁਣ ਅਸੀਂ ਲੋਕਾਂ ਦੇ ਵਿੱਚ ਆ ਕੇ ਉਹਨਾਂ ਨਾਲ ਮਿਲ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਬਹੁਤ ਅੱਛਾ ਐਕਸਪੀਰੀਅੰਸ ਹੋ ਰਿਹਾ ਹੈ। ਥੈਂਕ ਯੂ ਜੀ, ਥੈਂਕ। ਬਿਲਕੁਲ ਜੀ, ਦੇਖੋ ਉਹਨਾਂ ਨੂੰ ਆਲਰੇਡੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਨਾ, ਅਤੇ ਜਦੋਂ ਕੋਈ ਬੰਦਾ ਕਿਸੇ ਦੇ ਦਿਲ ਨੂੰ ਜਿੱਤ ਲੈਂਦਾ, ਮੈਨੂੰ ਲੱਗਦਾ ਜਿੱਤ ਉਸੇ ਟਾਈਮ ਹਾਸਿਲ ਕਰ ਲੈਂਦਾ, ਅਤੇ ਜਿਵੇਂ ਲੋਕਾਂ ਦਾ ਅਸੀਂ ਸਪੋਰਟ ਦੇਖ ਰਹੇ ਹਾਂ, ਪਿਆਰ ਦੇਖ ਰਹੇ ਹਾਂ, ਤਾਂ ਮੈਨੂੰ ਲੱਗਦਾ ਸਾਡੀ ਨਜ਼ਰ ਦੇ ਵਿੱਚ ਅਸੀਂ ਸੋਚ ਰਹੇ ਹਾਂ ਕਿ ਉਹ ਜਿੱਤ ਹੀ ਗਏ ਨੇ, ਅਤੇ ਬਾਕੀ ਅਸੀਂ ਅਪੀਲ ਕਰਾਂਗੇ ਅਤੇ ਜਿੱਥੋਂ ਤੱਕ ਹੋ ਸਕੇ ਅਸੀਂ ਸਪੋਰਟ ਵੀ ਕਰਾਂਗੇ ਕਿ ਉਹ ਜਿੱਤਣ ਅਤੇ ਸਾਰੇ ਜਣੇ ਉਹਨਾਂ ਨੂੰ ਆਪਣਾ ਕੀਮਤੀ ਵੋਟ ਦੇਣ, ਅਤੇ ਉਹ ਜ਼ਰੂਰ ਸਾਰਿਆਂ ਦੀ ਆਸਾਂ ਦੇ ਖਰੇ ਉੱਤਰ। ਕਰਮਜੀਤ ਕਰਕੇ ਲੋਕਾਂ ਦੇ ਰੂਬਰੂ ਹੋਏ ਹੋ, ਆਮ ਤੌਰ 'ਤੇ ਲੋਕ ਤੁਹਾਨੂੰ ਟੀਵੀ 'ਤੇ ਦੇਖਦੇ ਨੇ, ਕਿੰਨਾ ਕੁ ਹੁੰਗਾਰਾ ਮਿਲਦਾ ਲੋਕਾਂ ਦਾ? ਨਹੀਂ, ਦੇਖੋ ਲੋਕਾਂ ਦੇ ਰੂਬਰੂ ਅਸੀਂ ਹੁੰਦੇ ਰਹਿੰਦੇ ਹਾਂ ਨਾ, ਸਾਡੇ ਇਵੈਂਟ ਵਗੈਰਾ ਹੁੰਦੇ ਰਹਿੰਦੇ, ਸ਼ੂਟ ਵਗੈਰਾ ਹੁੰਦੇ ਰਹਿੰਦੇ, ਪਰ ਹਾਂ ਜਿੱਦਾਂ ਅਸੀਂ ਇਸ ਵਾਰੀ ਸਪੋਰਟ ਦੇ ਵਿੱਚ ਆਏ ਹਾਂ, ਉਹ ਸਾਡਾ ਅਲੱਗ ਡਿਫਰੈਂਟ ਜਿਹਾ ਹੋਇਆ। ਮੇਰਾ ਵੈਸੇ ਅੱਜ ਫਸਟ ਦਿਨ ਆ, ਮੈਂ ਪਹਿਲੇ ਦਿਨ ਆਈ ਹਾਂ, ਪਰ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ, ਧੰਨਵਾਦ ਹੈ ਜੀ ਸਾਰਿਆਂ ਦਾ। ਕਰਮਜੀਤ ਸਾਡਾ ਹੈ ਹੀ ਇੰਨਾ ਵਧੀਆ, ਕਿਉਂਕਿ ਪਿਛਲੇ 30 ਸਾਲਾਂ ਤੋਂ ਅਸੀਂ ਜਾਣਦੇ ਹਾਂ ਕਰਮਜੀਤ ਨੇ, ਉਹ ਹਰ
ਨਿੱਕੀ ਨਿੱਕੀ ਜਿਹੜੀ ਲੋੜ ਹੈ ਉਹ ਮਹਿਸੂਸ ਕੀਤੀ ਹੋਈ ਹੈ, ਕਿਵੇਂ ਇੱਕ ਆਮ ਆਦਮੀ ਨੂੰ ਕੀ ਜ਼ਰੂਰਤਾਂ ਹੁੰਦੀਆਂ, ਕੀ ਉਹਦੀਆਂ ਲੋੜਾਂ ਨੇ, ਕਿਉਂਕਿ ਉਹਨੇ ਆਪ ਇਹਨਾਂ ਇਹਨਾਂ ਹਾਲਾਤਾਂ 'ਚੋਂ ਗੁਜ਼ਰਿਆ ਹੋਇਆ। ਸੋ ਉਹ ਜਿਵੇਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਉਹ ਇੱਕ ਐਕਟਰ ਬਹੁਤ ਕਮਾਲ ਦਾ, ਸਿੰਗਰ ਬਹੁਤ ਕਮਾਲ ਦਾ, ਪਰ ਉਹ ਇਨਸਾਨ ਇਸ ਤੋਂ ਵੀ ਕਿਤੇ ਕਮਾਲ ਦਾ। ਸੋ ਮੈਂ ਇਹੀ ਕਹਿਣਾ ਚਾਹੂੰਗੀ ਸਾਡੇ ਲੋਕਾਂ ਨੂੰ ਕਿ ਇੱਦਾਂ ਦੇ ਲੀਡਰ ਨੂੰ ਤੁਸੀਂ ਚੁਣੋ ਜਿਹੜਾ ਤੁਹਾਡੀ ਹਰ ਸਮੱਸਿਆ ਸੁਣੇ ਅਤੇ ਉਹ ਸਮੱਸਿਆ ਨੂੰ ਤੁਹਾਡੀ ਨੂੰ ਲੋਕ ਸਭਾ ਤੱਕ ਲੈ ਕੇ ਜਾਵੇ, ਤਾਂ ਕਿ ਸੈਂਟਰ ਸਰਕਾਰ ਨੂੰ ਅਸੀਂ ਦੱਸ ਸਕੀਏ ਕਿ ਸਾਡੇ ਪੰਜਾਬ ਨੂੰ ਕੀ ਚਾਹੀਦਾ, ਸਾਡੇ ਪੰਜਾਬ ਦੀਆਂ ਕੀ ਲੋੜਾਂ ਨੇ। ਸੋ ਕਰਮਜੀਤ ਅਨਮੋਲ ਹੈ ਜਿਹੜਾ ਸਾਡੇ ਲਈ ਇੱਕ ਪਰਮਾਤਮਾ ਨੇ ਬਹੁਤ ਸੋਹਣਾ ਮੌਕਾ ਦਿੱਤਾ ਕਿ ਸਾਨੂੰ ਇੱਕ ਇੰਨਾ ਵਧੀਆ ਲੀਡਰ ਮਿਲ ਰਿਹਾ। ਸੋ ਮੈਂ ਇਹੀ ਕਹੂੰਗੀ ਸਾਰਿਆਂ ਨੂੰ, ਤੁਸੀਂ ਬਹੁਤ ਜ਼ਿਆਦਾ ਕਰਮਜੀਤ ਨੂੰ ਪਿਆਰ ਦਿੱਤਾ ਵੀ ਹੈ, ਦੇ ਵੀ ਰਹੇ ਹੋ, ਅਤੇ ਆਓ ਆਪਾਂ ਸਾਰੇ ਜਾਣੇ ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਵੱਲੋਂ ਜਿਤਾ ਕੇ ਲੋਕ ਸਭਾ ਦੇ ਵਿੱਚ ਪਹੁੰਚਾਈਏ ਅਤੇ ਆਪੋ ਆਪਣੇ ਕੰਮ 'ਤੇ ਸਾਡੇ ਪੰਜਾਬ ਨੂੰ ਤਰੱਕੀਆਂ 'ਤੇ ਲੈ ਕੇ ਜਾਈਏ।